ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਆਪਾਂ ਇੱਥੇ ਵਧੀਆ, ਉਮੀਦ ਕਰਦੇ ਹਾਂ ਤੁਸੀਂ ਵੀ ਵਧੀਆ ਹੋਵੋਗੇ। ਅਤੇ ਮੈਂ ਬਣਾਉਣ ਲੱਗੀ ਸੀਗੀ ਸਬਜ਼ੀ, ਆਹ ਦੇਖੋ ਮੈਂ ਧਰੀ ਆਲੂ ਅਤੇ ਬੈਂਗਣਾਂ ਦੀ ਸਬਜ਼ੀ। ਅਤੇ ਵੱਜੇ ਪਏ ਆ 9:30, ਅਤੇ ਬਾਹਰ ਦਾ ਕੰਮ ਮੈਂ ਫੇਰ ਕਰਦੀ ਹਾਂ, ਪਹਿਲਾਂ ਰਸੋਈ ਦਾ ਕਰ ਲਾਂ। ਉਹ ਦੀਪੂ ਦੇ ਡੈਡੀ ਨਹਾ ਕੇ ਉੱਥੇ ਖੜ੍ਹੇ ਤਿਆਰ ਹੋਈ ਜਾਂਦੇ ਆ, ਇਹਨਾਂ ਨੇ ਜਾਣਾ ਹੁਣ ਕੰਮ 'ਤੇ। ਧੁੱਪ ਵਾਹਵਾ ਕਰੜੀ ਨਿਕਲੀ ਵੀ ਆ, ਸੋਹਣੀ ਧੁੱਪ ਆ। ਅਤੇ ਅੱਜ ਕੱਪੜੇ ਧੋਊਂਗੀ, ਮਸ਼ੀਨ ਲਾਊਂਗੀ ਮੈਂ ਹੁਣ, ਪਹਿਲਾਂ ਅੰਦਰਲਾ ਕੰਮ ਨਵੇੜਨਾ ਫਿਰ ਮਸ਼ੀਨ ਲਾਊਂਗੀ। ਅੱਜ ਲੇਟ ਨਹੀਂ ਹੋ ਗਏ ਹੈ? ਚੱਲ ਠੀਕ ਹੈ, ਫਿਰ ਸਬਜ਼ੀ ਬਣੀ ਜਾਂਦੀ ਆ। ਮੈਂ ਤਾਂ ਕਿ ਕਿਤੇ 9 ਵਜੇ ਤੁਸੀਂ ਘਰੋਂ ਜਾਣਾ ਹੁੰਦਾ, ਮੈਂ ਤਾਂ ਕਾਲ ਕਰਨ ਲੱਗ ਜਾਂਦੀ ਹਾਂ। ਹਾਂ ਚਲੋ ਬੰਨੋ ਪੱਗ, ਫਿਰ ਚਾਹ ਪੀਣੀ ਆ ਹੋਰ? ਠੀਕ ਆ। ਆ ਪੁਦੀਨਾ, ਪੁਦੀਨਾ ਹੀ ਆ ਨਾ, ਪੁਦੀਨਾ ਲਾਉਣ ਲੱਗੀ ਆ। ਗਲਾਸ ਦੇ ਵਿੱਚ ਅੱਗ ਖੜਿਆ ਪੁਦੀਨਾ, ਇਹ ਰੱਖਤਾ ਸੀ ਮੈਂ, ਪੋਲੀ ਕਰਦੇ ਚੰਗੀ ਤਰ੍ਹਾਂ ਮਿੱਟੀ ਆ। ਮੈਂ ਆਖਿਆ ਨਾ, ਪੜਿਆ ਸੀ ਯੂਟਿਊਬ ਚ, ਮੈਂ ਕਿਹਾ ਨਾ ਵੀ ਆਹ ਜਿਹੜੇ ਆਪਾਂ ਪੁਦੀਨਾ ਲਿਆਏ ਸੀ ਬੂਟੀ, ਗੁੱਸੇ ਨੂੰ ਕਹਿੰਦੇ ਨਾ ਉੱਗ ਜਾਂਦਾ, ਤੇ ਮੈਂ ਗਲਾਸ ਚ ਰੱਖਤਾ ਹਨਾ, ਆਵੇ ਪੱਤੇ ਜੇ ਨਿਕਲੇ ਇਹਦੇ ਹੋਰ। ਹਾਂ ਦੇਖੋ, ਹਾਂ ਥੱਲੇ ਵੀ ਜੜਾਂ ਵਾਲੀ ਚੱਲੀਆਂ, ਦੇਣੇ ਆ ਹੁਣ ਲਾ ਕੇ। ਆਏਗਾ ਤਾਂ ਰੱਖਦੀ ਆ, ਗਲਾਸ ਚ ਰੱਖਦੀ ਨਾ, ਆਲੂ ਨਿਕਲੀ ਜਾਂਦੇ ਆ। ਆਹ ਦੇਖੋ ਆਲੂ ਨਿਕਲੀ ਜਾਂਦੇ ਆ। ਦੂਰ ਦੂਰ ਲਾਉਣੇ ਆ ਨਾ। ਆਹ ਦੇਖੋ ਆਲੂ, ਆਲੂ ਨਿਕਲੀ ਜਾਂਦੇ ਆ। ਆਲੂ ਤਾਂ ਮੈਨੂੰ ਤਾਂ ਲੱਗਦਾ ਇੱਥੇ ਵੀ ਆ। ਚਲੋ ਹਾਂ ਯਾਰ, ਆਲੂ ਹਜੇ ਵੀ ਨਿਕਲੀ ਜਾਂਦੇ ਆ। ਤੂੰ ਮੈਂ ਤਾਂ ਜਲਦੀ ਜਲਦੀ ਪਟਾਤੇ ਸੀ ਆਲੂ ਨਾ, ਉਹਨੂੰ ਹੋਰ ਰੱਖਣੇ ਸੀਗੇ, ਬਣੀ ਤਾਂ ਜਾਂਦੇ ਆ, ਵਧੀਆ ਬਣੀ ਜਾਂਦੇ ਆਲੂ। ਇੰਨੀ ਦੂਰ ਤਾਂ ਲਾਏ ਨਹੀਂ ਸੀ। ਆਵੇ ਤਾਂ ਇਹਦੇ ਨਾਲ ਚਿੰਬੜ ਗਿਆ, ਆਵੇ ਉਹਦੇ ਨਾਲ। ਅੱਛਾ ਆਲੂ ਹੀ ਨਿਕਲ ਜਾਂਦੇ ਕਿ? ਮੈਂ ਤਾਂ ਉਹਨੂੰ ਧਰਤੀ ਪੱਟੀ ਜਾਂਦੀ ਹਾਂ, ਮੈਂ ਕਹਿੰਦਾ ਇੱਥੇ ਪਾਣੀ ਖੜ ਜਾ ਕਰੂਗਾ। ਇਹ ਗਲਤ ਜੀ ਜਗ੍ਹਾ ਲਾਇਆ ਵਾ ਨਿੰਬੂ ਦਾ ਬੂਟਾ। ਅਜੇ ਤਾਂ ਮੈਂ ਉੱਧਰ ਵੀ ਲਾਏ ਸੀ ਆਲੂ, ਉਹ ਨਹੀਂ ਹਜੇ ਨਿਕਲਿਆ। ਇਹ 5 ਆਲੂ ਨਿਕਲੇ ਆ ਆਪਣੇ, ਜਿਵੇਂ ਹੀ 10 ਹੋਏ ਉਵੇਂ ਹੀ ਆਪਾਂ ਸਬਜ਼ੀ ਬਣਾ ਲੈਣੀ ਆ ਇਹਨਾਂ ਦੀ ਅੱਜ।
ਨਹੀਂ ਪੰਜ ਤਾਂ ਨਿਕਲ ਆਏ ਆਪਾਂ ਘਰੇ ਪੰਜ ਜੀ ਆ ਇੱਕ ਇੱਕ ਆਲੂ ਸਾਰਿਆਂ ਦਾ ਹੋ ਗਿਆ ਜੜਨਾ ਪੱਟਦੀ ਉਹਦੀ ਨਿੰਬੂ ਦੀ ਵੱਟ ਜੀ ਬਣਾ ਦੇ ਵਧੀਆ ਪੱਤੇ ਡਿੱਗੀ ਜਾਂਦੇ ਆ ਉੱਪਰ ਹਾਂ ਮਿੱਟੀ ਪੋਲੀ ਆ ਮਿੱਟੀ ਸਾਰੀ ਇਹ ਲੱਗੀ ਜਾਂਦੇ ਡਬੋ ਦੇ ਨਾ ਇਹਨਾਂ ਨੂੰ ਮਿੱਟੀ 'ਚ ਨਹੀਂ ਅਲੱਗ ਅਲੱਗ ਫਿਰ ਫੈਲ ਜੂ ਨਾ ਇਹ ਕੀ ਆ ਇਹ ਧਨੀਆ ਪੁਦੀਨਾ ਧਨੀਆ ਪੁਦੀਨਾ ਮੇਥੀ ਪਾਲਕ ਆਹ ਚਿੜੀਆਂ 'ਚ ਕੀ ਹੁੰਦੀਆਂ ਉੱਪਰ ਰੋਟੀ ਖਾਣਾ ਹੀ ਆ ਹੁਣ ਆਪਾਂ ਇੱਥੇ ਬੈਠੇ ਆ ਨਾ ਗਾਂ ਦਾ ਬੱਚਾ ਆਇਆ ਸੀਗਾ ਰੋਟੀ ਇੱਕ ਟੁਕੜਾ ਰੋਟੀ ਦਾ ਖਾ ਕੇ ਜਾ ਬਸ ਪਤਾ ਨੀ ਭੁੱਖ ਨੀ ਹੋਣੀ ਦੇਖੀ ਜਾਂਦਾ ਸੀ ਖੜਾ ਮੈਂ ਕਿਹਾ ਰੋਟੀ ਖਾਣੀ ਹੈ ਕਹਿੰਦਾ ਨਾ ਪਤਾ ਨਹੀਂ ਕਿਹੜੀ ਦੀ ਬੱਚੇ ਦੀ ਉਹਦਾ ਮਾਂ ਖਤਮ ਹੋਈ ਸੀ ਨਾ ਵੋਟਾਂ ਵਾਲੇ ਦਿਨ ਕੀ ਕਹਿੰਦੀ ਹੈ ਬਰਸਾਤ ਦਾ ਮੌਸਮ ਹੋਈ ਜਾਂਦਾ ਬਰਸਾਤ ਦਾ ਨਹੀਂ ਹਾਂ ਮੈਨੂੰ ਐਂ ਲੱਗੀ ਜਾਂਦਾ ਮੈਨੂੰ ਫੇਰ ਬੁਖਾਰ ਹੋਊਗਾ ਜਿਵੇਂ ਉੱਥੇ ਨਾ ਉਹ ਅਸੀਂ ਪੁਦੀਨਾ ਤਾਂ ਲਾ ਹਟੇ ਫਿਰ ਮੈਂ ਪ੍ਰਦੀਪ ਨੂੰ ਆਖਿਆ ਨਾ ਉਹ ਖੜਾ ਹਜੇ ਵੀ ਮੈਂ ਕਿਹਾ ਮੇਰੇ ਤੋਂ ਕੰਮ ਨਹੀਂ ਹੋਈ ਜਾਂਦਾ ਮਸ਼ੀਨ 'ਚ ਕੱਪੜੇ ਪਾ ਦੇ ਹੈ ਨਾ ਇਹਨੇ ਪਾ ਤੇ ਕੱਪੜੇ ਮਸ਼ੀਨ 'ਚ ਇੰਨੇ ਚਿਰ 'ਚ ਮੈਂ ਬਾਹਰ ਦੁਕਾਨ 'ਤੇ ਸਮਾਨ ਲੈਣ ਗਈ ਥੋੜ੍ਹੇ ਜਿਹੇ ਲੈ ਕੇ ਆਈ ਇੰਨੇ ਕੁ ਤਾਂ ਇਹ ਕੱਢਤੇ ਨੇ ਅਤੇ ਹਾਲੇ ਹੋਰ ਪਏ ਆ ਮਸ਼ੀਨ ਦੇ ਵਿੱਚ ਅਤੇ ਮੈਂ ਸੋਚੀ ਜਾਂਦੀ ਮੈਂ ਇਹਨਾਂ ਨੂੰ ਵੀ ਕੱਢ ਦਿਆਂ ਮਸ਼ੀਨ 'ਚੋਂ ਕੱਪੜਿਆਂ ਨੂੰ ਜਿੰਨਾ ਚਿਰ ਕੰਮ ਪਿਆ ਹੋਵੇ ਟੇਕ ਤਾਂ ਹੁੰਦੇ ਕੋਈ ਨਹੀਂ ਆ ਪਏ ਆ ਮਸ਼ੀਨ 'ਚ ਹਾਲੇ ਕੱਪੜੇ ਇਹਨਾਂ ਨੂੰ ਕੱਢੂੰਗੀ ਤੂੰ ਚਾਹ ਬਣਾ ਦੇ ਮੈਨੂੰ ਕਰੜੀ ਜੀ ਚਾਹ ਬਣਾ ਕੇ ਲਿਆ ਇੱਟਾਂ ਦਾ ਨਹੀਂ ਚੱਜ ਦੀ ਚਾਹ ਬਣਾ ਦੇ ਦੇਖ ਤੁਰਿਆ ਨਹੀਂ ਜਾਂਦਾ ਵੇਖ ਮੈਂ ਹੁਣ ਨਾ ਦਵਾਈ ਵੀ ਲੈ ਆਈ ਦੁਬਾਰਾ ਜਾ ਕੇ
ਹਲੇ ਮੇਰਾ ਸਰੀਰ ਕਹਿੰਦਾ ਵੀ ਬਹਿ ਜਾ ਆਰਾਮ ਕਰ ਲਾ, ਲੈ ਵੇਖ ਲਾ ਸੁਣ ਲਾ ਤੂੰ ਸਮਾਰ ਕੇ ਜੇ ਚਾਹ ਬਣਾ ਦੇ ਐਂ ਜੀ ਕਰੀ ਜਾਂਦਾ, ਧੁੱਪੇ ਬਹਿ ਕੇ ਆਰਾਮ ਕਰਾਂ। ਬਹਿਨੀ ਆ ਮੈਂ ਤਾਂ ਇੱਥੇ ਉਹ ਬੈਂਚ ਜੇ 'ਤੇ ਬਹਿ ਜਾਂਦੀ ਹਾਂ ਥੋੜ੍ਹੀ ਦੇਰ। ਹਾਂਜੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗਦੀ ਹੈ? ਜੇ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਕਮੈਂਟ ਕਰਿਆ ਕਰੋ ਅਤੇ ਕਮੈਂਟ ਕਰਕੇ ਨਾ ਸਾਨੂੰ ਇਹ ਵੀ ਦੱਸਿਆ ਕਰੋ ਸਾਨੂੰ ਤੁਹਾਨੂੰ ਨਾ ਸਾਡੀ ਕਿਹੋ ਜਿਹੀ ਵੀਡੀਓ ਪਸੰਦ ਆਉਂਦੀ ਹੈ, ਵਲੌਗ ਪਸੰਦ ਆਉਂਦਾ ਜਾਂ ਕਮੇਡੀ ਵੀਡੀਓ ਪਸੰਦ ਆਉਂਦੀ ਹੈ ਜਾਂ ਸ਼ੋਰਟ ਗਾਣੇ ਜਿਹੜੇ ਹੁੰਦੇ ਆ ਉਹ ਪਸੰਦ ਆਉਂਦੇ ਆ। ਅਤੇ ਕਮੈਂਟਾਂ ਦੇ ਵਿੱਚ ਤੁਸੀਂ ਸਾਨੂੰ ਇਹ ਵੀ ਦੱਸਿਆ ਕਰੋ ਕਿਹੜੀ ਜਗ੍ਹਾ ਤੋਂ ਤੁਸੀਂ ਸਾਨੂੰ ਦੇਖ ਰਹੇ ਹੋ, ਕਿਹੜੀ ਜਗ੍ਹਾ ਤੋਂ ਵੀਡੀਓ ਦੇਖ ਰਹੇ ਹੋ, ਇਹ ਸਾਰਾ ਕੁਛ ਨਾ ਤੁਸੀਂ ਸਾਨੂੰ ਦੱਸਿਆ ਕਰੋ।